ਸ੍ਰੀ ਅਕਾਲ ਦੋਸਤੋ, ਟਰਬਨ ਕਿੰਗ ਪ੍ਰਦੀਪ ਗੱਲ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ 3 ਮੀਟਰ ਦਾ ਪਰਨਾ ਤੁਸੀਂ ਦੇਖ ਸਕਦੇ ਹੋ, ਇੱਕ ਕੰਨੀ ਤੋਂ ਫੜਦੇ ਹੋਏ ਸਿੰਗਲ ਪਰਨੇ ਦੀ ਕੰਨੀ ਅੰਦਰਲੀ ਸਾਈਡ ਮੋੜਦੇ ਹੋਏ ਆਪਾਂ ਤੁਸੀਂ ਦੇਖੋ ਟ੍ਰੈਂਗਲ ਦੇ ਵਿੱਚ ਆਪਾਂ ਪੂਣੀ ਹੈ ਜਿਹੜੀ ਕਿ ਕਰਾਂਗੇ। ਦੁਬਾਰਾ ਤੋਂ ਤੁਹਾਨੂੰ ਦਿਖਾਇਆ ਜਾ ਰਿਹਾ, ਅੰਦਰਲੀ ਸਾਈਡ ਪੂਣੀ ਮੋੜਨ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੀ ਕਿ ਪਰਨੇ ਦਾ ਬੰਨਣਾ ਜਿਹੜਾ ਸਟਾਰਟ ਕਰਾਂਗੇ, ਔਰ ਬਿਲਕੁਲ ਸੈਂਟਰ ਦੇ ਵਿਚਕਾਰ ਦੀ ਪ੍ਰੋਪਰ ਜਿਹੜੀ ਪੂਰੀ ਪੂਣੀ ਆ ਉਹ ਆਪਾਂ ਨਹੀਂ ਕਰਾਂਗੇ, ਨਾਲ ਦੀ ਨਾਲ ਬਾਕੀ ਪੂਣੀ ਕਰਾਂਗੇ। ਸੋ ਸਾਰੇ ਵੀਰਾਂ ਨੂੰ ਬੇਨਤੀ ਆ, ਪਹਿਲਾਂ ਲੜਤ ਦੀ ਅੱਖ ਦੀ ਗੱਲ ਦੇ ਕੰਨ ਕਵਰ ਕਰਦੇ ਹੋਏ ਆਪਾਂ ਲਗਾਵਾਂਗੇ, ਔਰ ਵੀਡੀਓ ਨੂੰ ਅੱਗੇ ਸਟਾਰਟ ਹੋਣ ਤੋਂ ਪਹਿਲਾਂ ਲਾਈਕ, ਸ਼ੇਅਰ, ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਵੀਰ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਜਾਵੇ। ਸੋ ਪਹਿਲਾਂ ਤੁਸੀਂ ਦੇਖੋ ਹਲਕਾ ਜਿਹਾ ਪਿੰਚ ਕਰਕੇ ਖਿੱਚਦੇ ਹੋਏ ਬਟ ਪਾ ਲਾਂਗੇ, ਅਤੇ ਸਿੰਗਲ ਕੱਪੜੇ ਦੇ ਵਿੱਚ ਪਰਨੇ ਦੇ ਵਿੱਚ ਜਿਹੜੇ ਕਿ ਬਾਟ ਉਹ ਆਟੋਮੈਟਿਕਲੀ ਪੈ ਜਾਂਦੇ ਨੇ। ਬੈਕ ਸਾਈਡ 'ਤੇ ਹਲਕਾ ਜਿਹਾ ਆਪਾਂ ਤੁਸੀਂ ਦੇਖੋ ਦੱਬਦੇ ਹੋਏ, ਔਰ ਦੋਵੇਂ ਪੱਲੇ ਪਤਲੇ ਪੱਲੇ ਜਿਹੜੇ ਕਿ ਦੋਵੇਂ ਉੱਪਰਲੀ ਸਾਈਡ ਇਕੱਠੇ ਕਰਨ ਤੋਂ ਬਾਅਦ ਥੱਲੇ ਬੰਦ ਪਾਸਾ ਰੱਖਦੇ ਹੋਏ ਉੱਪਰ ਕੱਪੜਾ ਇਕੱਠਾ ਕਰਦੇ ਹੋਏ ਆਪਾਂ ਦੂਸਰਾ ਲਾੜਾ ਜਿਹੜਾ ਕਿ ਲਗਾਵਾਂਗੇ। ਤੁਸੀਂ ਦੇਖ ਸਕਦੇ ਹੋ ਬਾਟਾ ਜਿਹੜੇ ਉਹ ਆਟੋਮੈਟਿਕਲੀ ਜਿਹੜੇ ਕਿ ਸਿੰਗਲ ਪਰਨੇ ਦੇ ਵਿੱਚ ਪੈ ਜਾਣਗੇ। ਸਭ ਤੋਂ ਸੌਖਾ ਅਤੇ ਆਸਾਨ ਤਰੀਕਾ ਤੁਸੀਂ ਇਸ ਟਾਈਮ ਵੀਡੀਓ ਦੇ ਵਿੱਚ ਦੇਖ ਰਹੇ ਹੋ, ਫਰੰਟ ਤੋਂ ਕੱਪੜੇ ਨੂੰ ਹਲਕਾ ਜਿਹਾ ਇਕੱਠਾ ਕਰਨ ਤੋਂ ਬਾਅਦ ਤੁਸੀਂ ਦੇਖੋ ਆਪਾਂ ਲੜ ਜਿਹੜਾ ਕਿ ਲਾ ਦੇਵਾਂਗੇ। ਇਸ ਤੋਂ ਬਾਅਦ ਅਗਲਾ ਲੜ ਫਿਰ ਉਸੇ ਹੀ ਤਰੀਕੇ ਦੇ ਨਾਲ, ਤੁਸੀਂ ਦੇਖੋ ਬੈਕ ਸਾਈਡ ਤੋਂ ਹਲਕਾ ਜਿਹਾ ਜਿਹੜਾ ਕਿ ਤੁਸੀਂ ਲੜ ਨੂੰ ਜੇਕਰ ਘੁਮਾਉਣ ਦੀ ਵੀ ਲੋੜ ਪੈਂਦੀ ਹੈ ਤੁਸੀਂ ਲੜ ਨੂੰ ਘੁਮਾ ਸਕਦੇ ਹਾਂ, ਔਰ ਘੁਮਾਉਣ ਵੇਲੇ ਧਿਆਨ ਵਿੱਚ ਰੱਖਣਾ ਕਿ ਬਿਲਕੁਲ ਸੈਂਟਰ ਦੇ ਵਿੱਚੋਂ ਲੜ ਨੂੰ ਘੁਮਾਉਣਾ। ਔਰ ਅਗਲਾ ਲੜ ਫਿਰ ਤੀਸਰਾ ਤੁਸੀਂ ਦੇਖੋ ਉਸੇ ਤਰੀਕੇ ਨਾਲ ਲਾਉਣਾ, ਔਰ ਸਾਰੇ ਵੀਰਾਂ ਨੂੰ ਬੇਨਤੀ ਆ ਕਿ 3 ਲੜ ਲਾਉਣ ਤੋਂ ਬਾਅਦ ਜਿਹੜੇ ਕਿ ਕੇਸ ਆ ਜੂੜਾ ਉਹ ਆਪਾਂ ਸਾਈਡ 'ਤੇ ਖੋਲ੍ਹ ਦੇਵਾਂਗੇ, ਔਰ ਵਧੀਆ ਤਰੀਕੇ ਨਾਲ ਤੁਸੀਂ ਦੇਖੋ ਸ਼ੇਪ ਆ ਜਿਹੜੀ ਗੁਲਾਈ ਦੇ ਵਿੱਚ ਪਰਨੇ ਦੀ ਬਣ ਜਾਵੇਗੀ। ਸੋ ਇਸ ਤੋਂ ਇਲਾਵਾ ਜੇਕਰ ਪੱਗ ਬੰਨਦੇ ਟਾਈਮ ਜਾਂ ਪਰਨਾ ਬੰਨਦੇ ਟਾਈਮ ਤੁਹਾਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ, ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਉਸ ਟੌਪਿਕ 'ਤੇ ਜ਼ਰੂਰ ਵੀਡੀਓ ਪਾਵਾਂਗੇ। ਸੋ ਫਿਰ ਦੋਵੇਂ ਪੱਲੇ ਤੁਸੀਂ ਦੇਖੋ ਇੱਥੇ ਆਪਾਂ ਹਲਕਾ ਜਿਹਾ ਲੜ ਨੂੰ ਘੁਮਾਉਣਾ ਪਿਆ, ਆਪਾਂ ਨੂੰ ਘੁਮਾਉਣਾ ਬਿਲਕੁਲ ਸੈਂਟਰ ਦੇ ਵਿੱਚੋਂ ਬੈਕ ਸਾਈਡ 'ਤੇ ਤਾਂ ਕਿ ਜਿਹੜਾ ਕਿ ਲਾਸਟ ਵਾਲਾ ਲੜ ਉੱਥੇ ਲੱਗ ਕੇ ਕਵਰ ਜਿਹੜੀ ਕਿ ਬੈਕ ਸਾਈਡ ਤੋਂ ਉਹ ਬੈਂਡ ਹੁੰਦਾ ਗਾ ਉਹ ਹੋ ਜਾਵੇ। ਸੋ ਫਿਰ ਅਗਲਾ ਲੜ ਤੁਸੀਂ ਦੇਖੋ ਬਿਲਕੁਲ ਪੱਗ ਦੀ ਤਰ੍ਹਾਂ ਹੀ ਜਿਹੜਾ ਕਿ ਇੱਕ ਪਰਨਾ ਜਿਹੜਾ ਉਹ ਆਪਣਾ ਬੰਨਿਆ ਜਾ ਚੁੱਕਿਆ, ਬਿਲਕੁਲ ਲਾਸਟ ਲੜ ਜਿਹੜਾ ਕਿ ਉਹ ਬਾਕੀ ਆ। ਲਾਸਟ ਲੜ ਆਪਾਂ 3 ਤਰੀਕਿਆਂ ਦੇ ਨਾਲ ਲਾ ਸਕਦੇ ਹਾਂ ਜੋ ਕਿ ਤੁਹਾਨੂੰ ਦੱਸਿਆ ਜਾਵੇਗਾ। ਪਰਨੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਲੜ ਲਗਾਵਾਂਗੇ ਜਿਹੜਾ ਕਿ ਪੱਗ ਦੀ ਸ਼ੇਪ ਵਾਂਗ ਤੁਹਾਡਾ ਪਰਨਾ ਜਿਹੜਾ ਕਿ ਦੇਖਣ ਨੂੰ ਮਿਲੇਗਾ, ਬਿਲਕੁਲ ਸਿੱਧੇ ਦਾ ਸਿੱਧਾ ਲੜ ਲਗਾਉਂਦੇ ਹੋਏ, ਔਰ ਬਾਕੀ ਰਹਿੰਦਾ ਕੱਪੜਾ ਆਪਾਂ ਅੰਦਰਲੀ ਸਾਈਡ ਮੋੜ ਦੇਵਾਂਗੇ। ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਤਰੀਕੇ ਦੇ ਨਾਲ ਵੀ ਤੁਹਾਨੂੰ ਜਿਹੜਾ ਕਿ ਪਰਨੇ ਦੀ ਲੁੱਕ ਆ ਜਿਹੜੀ ਉਹ ਇੱਕ ਵੱਖਰੀ ਜਿਹੀ ਦੇਖਣ ਨੂੰ ਮਿਲੇਗੀ। ਇਸ ਤੋਂ ਬਾਅਦ ਦੂਸਰਾ ਤਰੀਕਾ ਤੁਹਾਨੂੰ ਦਿਖਾਇਆ ਜਾਵੇਗਾ, ਔਰ ਦੂਸਰੇ ਤਰੀਕੇ ਦੇ ਵਿੱਚ ਤੁਸੀਂ ਉਸੇ ਤਰੀਕੇ ਦੇ ਨਾਲ ਜਿਹੜਾ ਕਿ ਹਲਕਾ ਜਿਹਾ ਬੈਂਡ ਕਰਕੇ ਘੁਮਾ ਕੇ ਔਰ ਬੈਕ ਸਾਈਡ 'ਤੇ ਲੜ ਜਿਹੜਾ ਕਿ ਸਮਾਪਤ ਕਰ ਦੇਵੋਗੇ, ਔਰ ਇਹ ਵੀ ਦੂਸਰਾ ਤਰੀਕਾ। ਇਹਦੇ ਵਿੱਚ ਕਈ ਵੀਰਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਲੜ ਢਿੱਲਾ ਹੋ ਜਾਂਦਾ, ਇਹਦੇ ਤੋਂ ਬਿਨਾਂ ਤੀਸਰਾ ਤਰੀਕਾ ਜਿਹੜਾ ਕਿ ਉਹ ਤੁਸੀਂ ਦੇਖੋ ਜਿਹੜਾ ਕਿ ਲਾਸਟ ਲੜ ਲਗਾਇਆ ਸੀ ਉਹਦੇ ਥੱਲੇ ਦੀ ਆਪਾਂ ਹਲਕਾ ਜਿਹਾ ਥੱਲੇ ਦੀ ਲੜ ਕੱਢਦੇ ਹੋਏ ਉੱਪਰ ਖਿੱਚ ਕੇ ਟਾਈਟ ਕਰਕੇ ਲਗਾਵਾਂਗੇ। ਸੋ ਇਹ ਸੀ ਪਰਨੇ ਦੀ ਵੀਡੀਓ, ਹੋਰ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਮਿਲਦੇ ਹਾਂ ਜਲਦ ਨਵੀਂ ਹੋਰ ਵੀਡੀਓ ਦੇ ਨਾਲ, ਅਤੇ ਅੱਜ ਦੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਵੀਰ ਭਰਾ ਤੁਹਾਡੇ ਇੱਕ ਸ਼ੇਅਰ ਦੇ ਜ਼ਰੀਏ ਜਿਹੜਾ ਕਿ ਦਸਤਾਰ ਸਜਾਉਣੀ ਜਾਂ ਪਰਨਾ ਬਣਨਾ ਆਪਣੇ ਚੈਨਲ ਦੇ ਜ਼ਰੀਏ ਸਿੱਖ ਸਕਣ। ਸੋ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਦੇ ਨਾਲ, ਧੰਨਵਾਦ।